ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੌਲੀਆਂ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸ਼ਖਸ ਦੁਆਰਾ ਮਹਾਰਾਜ ਦੇ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਪਹਿਲਾਂ ਹੀ ਸੰਗਤ ਨੇ ਪਾਵਨ ਸਰੂਪ ਤੱਕ ਜਾਣ ਤੋਂ ਪਹਿਲਾਂ ਉਸ ਨੂੰ ਪਕੜ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੇਰਾ ਨਾਮ ਬੈਂਜ ਸਿੰਘ ਜੀ। ਕੀ ਗੱਲਬਾਤ ਹੋਈ? ਗੱਲ ਇਹ ਤਾਂ ਹੋਈ ਹੈ ਜੀ, ਇੱਥੇ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦਾ ਲੰਗਰ ਲਾਇਆ ਜਾਂਦਾ ਜੀ। ਸੰਗਤਾਂ ਲੰਗਰ ਛਕਦੀਆਂ ਨੇ, ਬਾਕੀ ਪੂਰੇ ਇਲਾਕੇ ਦਾ ਇਹ ਲੰਗਰ ਹੈ ਜੀ। ਸਾਡੇ ਕੋਲ ਇਕੱਲੇ ਪਿੰਡ ਦਾ ਨਹੀਂ ਹੈ ਜੀ, ਜਿੰਨਾ ਵੀ ਇਲਾਕਾ ਪੂਰਾ ਇਕੱਤਰ ਹੋ ਕੇ ਪੈਸੇ ਇਕੱਠੇ ਕਰਕੇ ਅਤੇ ਸਾਰੇ ਇਲਾਕੇ ਵੱਲੋਂ ਲੰਗਰ ਲੱਗਦਾ ਜੀ। ਅਤੇ ਅੱਜ ਜੀ ਰਾਤ ਇੱਕ ਸ਼ਰਾਬੀ ਹੈ ਜਾਂ ਨਸ਼ੇ ਕੀਤਾ ਉਹਨੇ ਜੀ, ਉਹ ਪਹਿਲੀ ਵਾਰੀ ਆਇਆ ਜੀ ਇੱਥੇ ਆਣ ਕੇ। ਉਹਦੇ ਹੱਥ ਵਿੱਚ ਲੈਟਰ ਸੀ, ਮਹਾਰਾਜ ਸਰੂਪ ਦੇ ਅੰਦਰ ਧੱਕੇ ਤੱਕ ਵੜਦਾ ਸੀ। ਅਸੀਂ ਦੋ ਤਿੰਨ ਵਾਰੀ ਛੱਕਿਆ ਪਰ ਉਹ ਸਾਡੇ ਆਖੇ ਨਹੀਂ ਲੱਗਾ। ਅਖੀਰੀ ਮੁੜ ਕੇ ਉਹ ਅੰਦਰ ਆ ਗਿਆ, ਫਿਰ ਅਸੀਂ ਉਹਦੇ ਮਤਲਬ ਪਿੱਛੇ ਪਏ ਹਾਂ। ਉਹ ਦੌੜ ਗਿਆ ਫਿਰ ਅਸੀਂ ਅੱਗੇ ਜਾ ਕੇ ਫੜਿਆ ਜੀ। ਫੜ ਕੇ ਉਹਨੂੰ ਅਸੀਂ ਮਤਲਬ ਉਹਨਾਂ ਇੱਥੇ ਗੁਰਦੁਆਰਾ ਸਾਹਿਬ ਲਿਆਂਦਾ, ਲਿਆ ਕੇ ਫਿਰ ਅਸੀਂ ਉਹਦੀਆਂ ਲੱਤਾਂ ਬਣੀਆਂ ਨੇ, ਬਾਹਾਂ ਬਣੀਆਂ ਨੇ। ਪੁਲਿਸ ਕੋਲ ਗਏ, ਪੁਲਿਸ ਆਈ ਹੈ ਸਾਡੇ ਕੋਲੋਂ, ਉਹ ਲੈ ਗਈ ਹੈ। ਪੁਲਿਸ ਕਹਿਣ ਲੱਗੇ ਹੁਣ ਅੱਗੇ ਵਾਸਤੇ ਨਹੀਂ ਆਉਂਦਾ। ਅਤੇ ਉਹ ਜਨਾਬ 2:30 ਵਜੇ ਫਿਰ ਮੜ ਕੇ ਆਣ ਕੇ ਮਹਾਰਾਜ ਸੱਚੇ ਪਾਸ਼ਾ ਸਰੂਪ ਦੇ ਮਤਲਬ ਉਹ ਸਨਮੁੱਖ ਹੋ ਕੇ ਅੱਗ ਲਾਉਣਾ ਚਾਹੁੰਦਾ ਸੀ। ਦੂਸਰਾ ਪਹਿਲਾ ਜਿਹੜਾ ਸੀ ਅੱਗ ਲਾਉਣ ਵਾਲਾ ਉਹ ਪੁਲਿਸ ਨੇ ਲੈ ਲਿਆ, ਦੂਸਰਾ ਫਿਰ ਉਹਦੇ ਕੋਲੋਂ ਨਿਕਲਿਆ ਜੀ। ਅਤੇ ਲੈਟਰ ਜਿਹੜਾ ਹੁੰਦਾ ਜੀ, ਇਸ ਕਰਕੇ ਨਾ ਤਾਂ ਉਹਨੇ ਸਾਡਾ ਨੁਕਸਾਨ ਬੜਾ ਕੀਤਾ ਜੀ। ਸਾਡੇ ਸੱਟਾਂ ਮਾਰੀਆਂ, ਬੁੱਢੇ ਬੰਦੇ ਅਸੀਂ, 80-80 ਸਾਲ ਦੇ ਬੰਦੇ ਹਾਂ ਅਸੀਂ, ਅਤੇ ਸਾਡਾ ਬੁਰਾ ਹਾਲ ਕੀਤਾ ਜਨਾਬ। ਇੱਕ ਪਹਿਲੇ ਬੱਟੇ ਮਾਰੇ ਨੇ ਸਾਡੇ, ਹਾਂਜੀ, ਅਤੇ ਦੂਸਰੀ ਵਾਰੀ ਉਹਦੇ ਕੋਲ ਛੋਟਾ ਸੀ, ਉਹਨੇ ਬਾਂਹ 'ਤੇ ਛੋਟਾ ਮਾਰਿਆ। 2-3 ਬੰਦੇ ਨੇ, ਮਰੀਕ ਸਿੰਘ ਦੀ ਵੀ ਸੱਟ ਬੜੀ ਲੱਗੀ ਆ, ਉਹਦੇ ਵੀ ਛੋਟਾ ਮਾਰਿਆ ਦਾ। ਇੱਕ ਮੁੰਡਾ ਰੂਪ ਸਿੰਘ ਆ, ਉਹ ਦੇਖੋ ਉਹਦਾ ਵੀ ਬਾਂਹ ਜਿਹੜੀ ਆ ਉਹ ਵੀ ਬੰਨੀ ਦੀ ਆ ਉਹਦੀ, ਹਾਂਜੀ, ਉਹਦੇ ਵੀ ਸੱਟ ਵਾਹਵਾ ਲੱਗੀ ਦੀ ਹੈ। ਅਤੇ ਸਾਡਾ ਅਮਰੀਕ ਸਿੰਘ ਦਾ ਅਤੇ ਮੇਰਾ ਦੋਵੇਂ ਦੇ ਮੈਡੀਕਲ ਹੋਏ ਨੇ। ਸ਼ਿਕਾਇਤ ਕਰਵਾਈ ਦਰਜ ਤੁਸੀਂ? ਹਾਂਜੀ, ਥਾਣੇ ਕਰਾਈ ਜੀ। ਦੂਸਰੀ ਵਾਰੀ ਫਿਰ ਆਇਆ, ਜਦੋਂ ਫਿਰ ਫੜ ਕੇ ਫਿਰ ਮੁੜ ਕੇ ਅਸੀਂ ਥਾਣੇ ਗਏ ਹਾਂ, ਫਿਰ ਪੁਲਿਸ ਬਹੁਤ ਲੇਟ ਆਈ ਹੈ। ਉਹਨਾਂ ਚਿਰ ਨੂੰ ਅਸੀਂ ਬੰਨਿਆ ਦਾ ਸੀ, ਫਿਰ ਆਣ ਕੇ ਪੁਲਿਸ ਨੇ ਖੋਲ੍ਹਿਆ ਅਤੇ ਫਿਰ ਮੁੜ ਕੇ ਸਾਡੇ ਕੋਲ ਲੈ ਗਏ ਨੇ। ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਅਸੀਂ ਹੁਣ ਇਹਦਾ ਇਲਾਜ ਪੱਕਾ ਕਰ ਦਿਆਂਗੇ। ਪਰ ਜਦੋਂ ਸਾਡੇ ਬੰਦੇ ਇਕੱਠੇ ਹੋਏ ਨੇ ਇਲਾਕੇ ਦੇ, ਅਤੇ ਜਦੋਂ ਅਸੀਂ ਥਾਣੇ ਜਾ ਕੇ ਦੇਖਿਆ ਅਤੇ ਉਸ ਮੌਕੇ ਉਹ ਥਾਣੇ ਹੈ ਨਹੀਂ ਸੀ, ਅਤੇ ਫਿਰ ਦੁਬਾਰਾ ਪੁਲਿਸ ਫਿਰ ਪਈ ਹੈ, ਅਤੇ ਫਿਰ ਪੁਲਿਸ ਨੇ ਪਤਾ ਨਹੀਂ ਕਿੱਥੋਂ ਲਿਆ ਕੇ ਅਤੇ ਫਿਰ ਉਹਨੂੰ ਅੰਦਰ ਦਿੱਤਾ ਜੀ। ਇਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ? ਹਾਂਜੀ, ਕਾਰਵਾਈ ਜੀ ਅਸੀਂ ਸਹੀ ਕਾਰਵਾਈ ਹੋਈ ਜੀ, ਸਾਡਾ ਨੁਕਸਾਨ ਬੜਾ ਹੋਇਆ ਜੀ। ਕਾਫੀ 8-10 ਸਾਲਾਂ ਤੋਂ ਇਹ ਲੰਗਰ ਦੀ ਸੇਵਾ ਆਰੰਭੀ ਹੈ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ, ਅਤੇ ਅੱਜ ਦੀ ਰਾਤ, ਅੱਗੇ ਪਹਿਲਾਂ ਕੋਈ ਇਹੋ ਜਿਹਾ ਚਾਂਸ ਨਹੀਂ ਹੋਇਆ, ਅੱਜ ਦੀ ਰਾਤ ਜਿਹੜਾ ਇਹ ਸ਼ਖਸ ਪਤਾ ਨਹੀਂ ਜਾਂ ਕਿਸੇ ਨੇ ਭੇਜਿਆ ਜਾਂ ਆਪ ਦਾਰੂ ਪੀ ਕੇ ਨਸ਼ੇ ਨਾਲ ਆ ਗਿਆ ਵਾ। ਪਹਿਲੀ ਵਾਰ 11 ਵਜੇ ਨਾਲ ਇਹਨੇ ਸਾਡੇ 'ਤੇ ਆ ਕੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਇਹਨੇ ਵੜਨ ਦੀ ਕੋਸ਼ਿਸ਼ ਕੀਤੀ ਆ, ਇਹਨੂੰ ਡੱਕਿਆ ਵਾ। ਪਰ ਇਹ ਮੁੜ ਕੇ ਇਹਦੇ ਕੋਲ ਲੈਟਰ ਸੀ, ਇਹ ਕੋਸ਼ਿਸ਼ ਕੀਤਾ, ਜੇਬ ਜੂਬ ਖੋਲ੍ਹੀ, ਇਹਦੀ ਲੈਟਰ ਨਿਕਲ ਆਇਆ। ਕੁਝ ਬੰਦਿਆਂ ਦੇ ਸਹਿਯੋਗ ਨਾਲ ਇਹਨੂੰ ਫੜ ਕੇ ਰੱਖਿਆ ਵਾ ਅਤੇ ਮੁੜ ਕੇ ਪੁਲਿਸ ਦੇ ਹਵਾਲੇ ਕੀਤਾ ਵਾ। ਪੁਲਿਸ ਜਿਹੜੀ ਆ ਉੱਥੇ ਛੱਡ ਕੇ ਆਈ ਆ, ਇਹਨਾਂ ਦੇ ਪਤਾ ਨਹੀਂ ਕਿੱਥੇ ਛੱਡ ਕੇ ਆਈ ਹੈ, ਘਰ ਛੱਡ ਕੇ ਆਈ ਹੈ ਜਾਂ ਕਿੱਥੇ ਛੱਡ ਕੇ ਆਈ ਹੈ। ਫਿਰ 2 ਵਜੇ ਦੇ ਟਾਈਮ ਨਾਲ ਇਹਨਾਂ ਨੇ ਮੁੜ ਕੇ ਆ ਕੇ ਫਿਰ ਆ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਆ, ਅਤੇ ਉਹਦੇ ਵਿੱਚ ਅਸੀਂ ਫਿਰ ਜਾਗਦੇ ਸੀ ਕਿਉਂਕਿ ਕਾਂਡ ਮੁੜ ਕੇ ਨਾ ਹੋ ਜਾਵੇ। ਜਦੋਂ ਕੋਸ਼ਿਸ਼ ਕੀਤੀ ਆ, ਫਿਰ ਇਹਨੂੰ ਡੱਕਿਆ ਵਾ, ਜਿਹੜਾ ਅੰਦਰ ਸੁੱਤਾ ਸੀ, ਮੈਂ ਅੰਦਰ ਸੁੱਤਾ ਸੀ, ਅਤੇ ਮੈਂ ਉਹਨੂੰ ਧੱਕੇ ਮਾਰੇ 2 ਧੱਕੇ ਮਾਰੇ। ਉਹਨੇ ਉਹਦੇ ਕੋਲ ਸੋਟਾ ਲੈ ਕੇ ਆਇਆ, ਉਹਨੇ ਸੋਟਾ ਜਿਹੜਾ ਮੇਰੇ ਮਾਰਿਆ, ਸੋਟਾ ਮਾਰ ਕੇ ਅਤੇ ਮੇਰੇ ਉਹਨੇ ਚਿਰ ਮੇਰੇ ਦੂਜੇ ਜਾਗ ਪਏ ਸਾਰੇ ਹੀ, ਅਤੇ ਉਹ ਜਾਗਣ ਦੇ ਨਾਲ ਫਿਰ ਅਸੀਂ ਉਹਨੂੰ ਫੜਿਆ। ਪਰ ਸਾਥੋਂ ਫੜਿਆ ਨਹੀਂ ਜਾਂਦਾ ਕਿਉਂਕਿ ਅਸੀਂ ਬਜ਼ੁਰਗ ਸੀ, ਅਤੇ ਉਹ ਕੁਝ ਜ਼ਿਆਦਾ ਛੋਟਾ, ਜੇ ਉਹਦੇ ਕੋਲ ਛੋਟਾ ਖੋਇਆ ਜੋ ਉਹਨਾਂ ਦੇ ਪੱਥਰ ਚਲਾਉਣ ਲੱਗ ਪਿਆ। ਫਿਰ 2-4 ਗੱਡੀਆਂ ਇੱਥੋਂ ਟਿੱਪਣਾ ਚੱਲਦੀਆਂ ਨੇ, ਉਹਨਾਂ ਨਾਲ ਸਹਿਯੋਗ ਦੇ ਨਾਲ ਉਹਨੂੰ ਫੜ ਕੇ ਅਤੇ ਅਸੀਂ ਵਧਾ। ਅਤੇ ਫਿਰ ਤੁਸੀਂ ਅਗਰ ਉਹਨੂੰ ਨਾ ਰੋਕਦੇ ਤਾਂ ਕੀ ਮਕਸਦ ਕੀ ਸੀਗਾ ਉਹਦਾ? ਫਿਰ ਉਹਦਾ ਮਕਸਦ ਇਹ ਸੀ ਵੀ ਉਹ ਜੇ ਨਾ ਰੋਕਦੇ ਤਾਂ ਉਹ ਆਪਣਾ ਜੋ ਕੰਮ ਕਰਨ ਆਇਆ ਸੀ ਮਨਸਾ ਉਹਦੀ ਪੂਰੀ ਸੀ, ਉਹ ਪੂਰੀ ਕਰਕੇ ਚਲ ਜਾਂਦਾ ਫਿਰ। ਹਾਂਜੀ, ਅਤੇ ਮਹਾਰਾਜ ਦੀ ਬੇਅਦਬੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ, ਉਹਨੇ ਕੀ ਆਉਣਾ ਸੀ ਅੱਗੇ, ਕਦੀ ਆਇਆ ਨਹੀਂ, ਕਿਸੇ ਦਾ ਭੇਜਿਆ ਜਾਂ ਕਿਸ ਤਰ੍ਹਾਂ ਆਇਆ। ਕੀ ਮੰਗ ਕੀ ਕਰਦੇ ਤੁਸੀਂ, ਕੀ ਹੋਣਾ ਚਾਹੀਦਾ? ਦੇਖੋ ਜੀ, ਇਹ ਤਾਂ ਇਨਸਾਫ ਹੋਣੀ ਚਾਹੀਦੀ ਹੈ ਕਿਉਂਕਿ ਵਾਰ ਵਾਰ ਜਿਹੜੇ ਸਾਡੇ ਸਿੱਖ ਇਤਿਹਾਸ ਨਾਲ ਹੁੰਦੇ ਆ, ਕਿਉਂ ਹੁੰਦੇ ਆ? ਹਾਂਜੀ, ਅਸੀਂ ਤਾਂ ਇੱਥੇ ਸਾਰੇ ਧਰਮਾਂ ਦੇ ਨਾਲ ਆਦਰ ਸਤਿਕਾਰ ਨਾਲ ਲੰਗਰ ਲਾ ਕੇ ਅਤੇ ਸਾਰਿਆਂ ਨੂੰ ਸਿਖਾਉਂਦੇ ਹਾਂ, ਇੰਨੇ ਪ੍ਰੇਮ ਪਿਆਰ ਨਾਲ ਰਹਿੰਦੇ ਹਾਂ, ਪਰ ਇਹਨਾਂ ਨੂੰ ਕਿਹਨਾਂ ਨੂੰ ਨਹੀਂ ਚੰਗਾ ਲੱਗਦਾ ਇਹ ਪਤਾ ਨਹੀਂ ਲੱਗਦਾ ਕਿਉਂ ਇਸ ਤਰ੍ਹਾਂ ਦੇ ਵਿਤਕਰੇ ਜਿਹੜੇ ਪਾਉਂਦੇ ਆਏ। ਇਹਨਾਂ ਨੂੰ ਜਿਹੜਾ ਵਾ ਸਮਝਣਾ ਚਾਹੀਦਾ ਆਪਣੇ ਆਪ ਨੂੰ, ਸਿੱਖ ਧਰਮ ਨੂੰ ਕਿਉਂ ਇਹ ਬਦਨਾਮ ਕਰਦੇ ਗਏ। ਅੱਜ ਇਨਫੋਰਮੇਸ਼ਨ ਮਿਲੀ ਸੀ ਅੱਡਾ ਕੋਲੀਆਂ ਦੇ ਲਾਗੇ, ਜਿੱਥੇ ਹੋਲੀ ਦੇ ਤਿਉਹਾਰ ਦੇ ਸੰਬੰਧ ਵਿੱਚ 24 ਘੰਟੇ ਸਿੱਖ ਸੰਗਤ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ। ਕਿਸੇ ਵਿਅਕਤੀ ਨੇ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੌਕੇ ਦੇ ਉੱਤੇ ਆਏ ਹਾਂ, ਜੋ ਵੀ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਅਮਲ। ਪੰਜਾਬ ਟੂਡੇ 24 ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।